ਢਾਈ ਸਾਲ ਦੀ ਮਾਸੂਮ ਦਿਲਰੋਜ਼ ਨੂੰ ਅੱਜ ਇਨਸਾਫ ਮਿਲ ਗਿਆ ਵੈ। ਦਰਅਸਲ ਲੁਧਿਆਣਾ ਕੋਰਟ ਵੱਲੋਂ ਦੋਸ਼ੀ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਮੇਰੇ ਨਾਲ ਇਸ ਵੇਲੇ ਜਿਹੜੇ ਉਸ ਦਿਲਰੋਜ਼ ਦੇ ਪਿਤਾ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ, ਅੱਜ ਇਨਸਾਫ ਮਿਲ ਗਿਆ ਬੇਟੀ ਨੂੰ? ਜੀ, ਅੱਜ ਇਨਸਾਫ ਮਿਲਿਆ ਜੀ। ਉਸ ਜੱਜ ਸਾਹਿਬ ਨੇ ਜੀ ਅੱਜ ਸਾਰੀ ਸੰਗਤ ਦੀ ਅਰਦਾਸਾਂ, ਘੁੰਮਣ ਸਰ ਦਾ ਬਹੁਤ ਧੰਨਵਾਦ, ਸਰ ਬੀ ਡੀ ਗੁਪਤਾ ਜੀ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਸਰ, ਅੱਜ ਉਹ ਸੱਚਾਈ ਦੀ ਜਿੱਤ ਹੋਈ ਸਰ, ਇਹਨਾਂ ਨੇ ਇੰਨੀ ਮਿਹਨਤ ਕਰਕੇ ਸਰ ਅੱਜ ਆਹ ਦਿਨ ਆਇਆ ਜੀ। ਸਰ, ਬੜਾ ਤਕਲੀਫਾਂ ਦੇ ਨਾਲ ਤੁਸੀਂ ਇਸ ਜਗ੍ਹਾ 'ਤੇ ਪਹੁੰਚੇ ਹੋ, ਕਿਉਂਕਿ ਢਾਈ ਸਾਲ ਉਸ ਦੋਸ਼ੀ ਨੂੰ ਲਗਾਤਾਰ ਦੇਖਣਾ, ਕਿਤੇ ਨਾ ਕਿਤੇ ਮਨ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਹੋਣਗੀਆਂ। ਬਿਲਕੁਲ ਜੀ, ਮੈਂ ਇੱਕੋ ਹੀ ਗੱਲ ਕਹਿੰਦਾ ਜੀ ਸੰਗਤ ਨੂੰ, ਮੈਂ ਹਰ ਟਾਈਮ ਬੇਨਤੀ ਕਰਦਾ, ਸੰਗਤ ਜੀ ਅਰਦਾਸ ਕਰਿਓ, ਉਹਨੂੰ ਫਾਂਸੀ ਦੀ ਸਜ਼ਾ ਹੋਵੇ, ਸੰਗਤ ਜੀ ਅਰਦਾਸ ਕਰਿਓ। ਅੱਜ ਉਹ ਸੰਗਤ ਦੀ ਅਰਦਾਸ, ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਦੀ ਸੰਗਤ ਦੀ ਅਰਦਾਸਾਂ ਨੂੰ ਬੂਰ ਪਿਆ ਜੀ, ਅੱਜ ਉਹ ਦਿਨ ਆਇਆ ਜੀ, ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਜੀ। ਜੀ, ਅਤੇ ਕਿਹੋ ਜਿਹਾ ਰਿਹਾ ਢਾਈ ਸਾਲ ਤੱਕ ਦਾ, ਤੁਸੀਂ ਜਦੋਂ ਤਰੀਕ ਭੁਗਤਣ ਆਉਂਦੇ ਸੀ ਉਸ ਵੇਲੇ ਕਿਹੋ ਜਿਹਾ, ਮਤਲਬ ਕਿ ਜਦੋਂ ਆਉਂਦੀ ਸੀ, ਕਿਉਂਕਿ ਤਰੀਕਾਂ ਕਈ ਪਈਆਂ ਨੇ, ਅਤੇ ਖਾਸ ਤੌਰ 'ਤੇ ਆਹ ਸਜ਼ਾ ਵਾਸਤੇ ਤਾਂ ਕਹਿੰਦੇ ਤਿੰਨ ਤਰੀਕਾਂ ਜਿਹੜੀਆਂ, ਤਿੰਨ ਤਰੀਕਾਂ ਸੀਗੀਆਂ, ਇਹ ਤਾਂ ਬਹੁਤ ਹੀ ਤੁਹਾਡੇ ਲਈ ਕਹਿੰਦੇ ਕਿ ਅਹਿਮ ਸੀਗੀਆਂ, ਔਰ ਬੜਾ ਤੁਹਾਨੂੰ ਕਿਹੋ ਜਿਹਾ ਉਸ ਵੇਲੇ ਮਹਿਸੂਸ ਹੁੰਦਾ ਰਿਹਾ ਕਿ ਕਿਉਂ ਨਹੀਂ ਸਜ਼ਾ ਹੋ ਰਹੀ? ਬਹੁਤ ਔਖਾ ਸੀਗਾ ਜੀ ਆਹ ਤਿੰਨ ਦਿਨ, ਸਾਨੂੰ ਪਤਾ ਜੀ ਅਸੀਂ ਕਿਵੇਂ ਰਹਿੰਦੇ ਸੀਗੇ ਜੀ, ਅਸੀਂ ਸਵੇਰ ਤੋਂ ਖਾਲੀ ਪੇਟ ਆ ਜਾਣਾ ਜੀ, ਕੁਛ ਨਹੀਂ ਖਾਣਾ ਪੀਣਾ ਜੀ, ਸ਼ਾਮ ਨੂੰ ਫਿਰ ਵਾਪਸ ਚੱਲ ਜਾਣਾ, ਪਰ ਦੇਰ ਹੈ ਦਰੁਸਤ ਹੈ, ਅੱਜ ਉਹ ਦਿਨ ਆ ਗਿਆ ਜੀ, ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ, ਉਸ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾਈ, ਘੁੰਮਣ ਸਾਹਿਬ ਦੀ ਬਦੌਲਤ ਸਰ, ਰੱਬ ਦੀ ਸੰਗਤ ਦੀਆਂ ਅਰਦਾਸਾਂ ਜੀ, ਜੱਜ ਸਾਹਿਬ ਦੀ ਕੀਤਾ, ਬਹੁਤ ਧੰਨਵਾਦ ਸਰ ਜੀ। ਅਤੇ ਹੁਣ ਬੱਚੀ ਨੂੰ, ਬੱਚੀ ਯਾਦ ਆਉਂਦੀ ਹੈ ਇੱਕ ਪਿਓ ਨੂੰ, ਕਿਉਂਕਿ ਬੱਚੀ ਪਿਓ ਵਾਸਤੇ ਬਹੁਤ ਅਹਿਮ ਸੀ, ਕਿਉਂਕਿ ਬੇਟੀ ਸੀ, ਬੇਟੀ ਪਿਆਰ ਜਿਹੜਾ ਹੁੰਦਾ ਪਿਓ ਦੇ ਨਾਲ ਇੱਕ ਅਹਿਮ ਮੰਨਿਆ ਜਾਂਦਾ ਵਾ ਜੀ। ਬਿਲਕੁਲ, ਮੇਰੇ ਕੋਈ ਵਰਲਡ ਹੀ ਨਹੀਂ ਗੇ ਜੀ, ਦਿਲ ਹੋਏ ਤਾਂ ਮੇਰੀ ਆਪਣੀ ਨਹੀਂ ਹੋਣੇਗੀ, ਹੁਣ ਪੂਰੇ ਵਰਲਡ ਦੀ ਆ। ਅੱਜ ਵੀ ਜਿਵੇਂ ਅਗਰ ਆਪਣੇ ਬੇਟੇ ਲਈ ਕੋਈ ਸਮਾਨ ਲੈ ਕੇ ਆਉਂਦਾ, ਦਿਲੋਜ ਦੇ ਲਈ ਜ਼ਰੂਰ ਨਾਲ ਲੈ ਕੇ ਆਉਂਦਾ ਜੀ, ਪਰ ਉਹਨੂੰ ਮੈਂ ਆਪਣੇ ਦਿਲ ਤੋਂ ਕਦੇ ਵੱਖ ਨਹੀਂ ਕੀਤਾ ਜੀ। ਕੋਰਟ ਦੀ ਜਦੋਂ ਚੱਲ ਰਹੀ ਸੀ ਸੁਣਵਾਈ ਚੱਲ ਰਹੀ ਸੀ, ਉਸ ਦੌਰਾਨ ਤੁਸੀਂ ਉਸ ਦੋਸ਼ੀ ਨੂੰ ਵੀ ਦੇਖਿਆ ਹੋਊਗਾ, ਉਹ ਨੀਲਮ ਨੂੰ ਦੇਖਿਆ ਹੋਊਗਾ, ਕਿ ਉਹਦੀ ਅੱਖਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਪਛਤਾਵਾ ਦੇਖਿਆ, ਤੁਹਾਨੂੰ ਲੱਗਿਆ ਕਿ ਉਹਨੂੰ ਪਛਤਾਵਾ ਹੋ ਰਿਹਾ? ਮੈਂ ਕੋਰਟ ਦੇ ਵਿੱਚ ਬੈਠਾ ਜੀ, ਅੱਖਾਂ ਬੰਦ ਕਰਕੇ ਸਿਮਰਨ ਕਰਦਾ ਸੀ, ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ, ਜੱਜ ਸਾਹਿਬ 'ਤੇ ਆਪ ਮਿਹਰ ਕਰਿਓ, ਆਪ ਅੰਗ ਸੰਗ ਦੇ ਦਿਓ, ਜੱਜ ਸਾਹਿਬ ਦੇ ਲਈ ਵੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਉਣ। ਮੈਂ ਸਿਮਰਨ ਕਰਦਾ ਸੀ, ਮੂਲ ਮੰਤਰ ਦਾ ਪਾਠ ਕਰਦਾ ਸੀਗਾ ਜੀ ਅੱਖਾਂ ਬੰਦ ਕਰਕੇ ਜੀ, ਪਰ ਉਦੋਂ ਹੀ ਪਤਾ ਲੱਗਿਆ ਜਦੋਂ ਜੱਜ ਸਾਹਿਬ ਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜੀ। ਬਿਲਕੁਲ, ਦਿਲਰੋਜ਼ ਕਾਤਲ ਨੂੰ ਫਾਂਸੀ ਸਜ਼ਾ ਹੋ ਗਈ ਹੈ, ਔਰ ਦਿਲਰੋਜ਼ ਦੀ ਮਾਂ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਹਾਂ। ਦਿਲਰੋਜ਼ ਦੀ ਫੋਟੋ, ਇੱਕ ਮਾਂ ਲਈ ਸ਼ਾਇਦ ਵਾਕਈ ਬੜਾ ਮੁਸ਼ਕਿਲ ਹੁੰਦਾ ਵੈ ਉਸ ਬੇਟੀ ਦੀ ਫੋਟੋ ਆਪਣੇ ਸੀਨੇ ਨਾਲ ਲਗਾਈ ਰੱਖਣਾ, ਜਿਹੜੀ ਬੇਟੀ ਉਸਦੇ ਗੋਦ 'ਚ ਇਸ ਵੇਲੇ ਨਹੀਂ ਹੈਗੀ ਹੈ, ਔਰ ਉਸ ਤੋਂ ਜ਼ਿਆਦਾ ਮੁਸ਼ਕਿਲ ਉਦੋਂ ਹੁੰਦਾ ਵੈ ਕਿ ਜਿਸ ਵੇਲੇ ਉਸ ਦੋਸ਼ੀ ਨੂੰ ਆਪਣੇ ਅੱਖਾਂ ਅੱਗੇ ਦੇਖਣਾ, ਜਿਸ ਦੋਸ਼ੀ ਨੇ ਇਸ ਪੂਰੇ ਵਾਕਿਆ ਨੂੰ ਜਿਹੜਾ ਵੈ ਅੰਜਾਮ ਦਿੱਤਾ। ਦਿਲਰੋਜ਼ ਦੀ ਮਾਤਾ ਮੇਰੇ ਨਾਲ ਮੌਜੂਦ ਨੇ, ਮੈਮ ਇਨਸਾਫ ਮਿਲ ਗਿਆ? ਬਿਲਕੁਲ, ਡੈਫੀਨੇਟਲੀ ਮਿਲਿਆ ਵਾ ਨਾ, ਫਾਂਸੀ ਦੀ ਸਜ਼ਾ ਸੁਣਾਈ ਗਈ, ਉਹ ਫਾਂਸੀ ਦੇ ਨਾਲ ਨਾਲ ਹੋਰ ਬਹੁਤ ਸਜ਼ਾ ਸੁਣਾਈਆਂ ਗਈਆਂ ਧਾਰਾ ਦੇ ਅਕੋਰਡਿੰਗ ਉਹਨਾਂ ਨੇ, ਡੈਫੀਨੇਟਲੀ ਇਨਸਾਫ ਮਿਲਿਆ ਮੈਨੂੰ ਅੱਜ, ਮੇਰੇ ਬੱਚੇ ਨੂੰ ਇਨਸਾਫ ਮਿਲਿਆ, ਘੁੰਮਣ ਸਰ ਦੀ ਬਦੌਲਤ, ਜੱਜ ਸਾਹਿਬ ਦੀ ਬਦੌਲਤ, ਬੀ ਡੀ ਗੁਪਤਾ ਸਰ ਦੀ ਬਦੌਲਤ, ਔਰ ਪੂਰੇ ਵਰਲਡ ਦੀਆਂ ਦੁਆਵਾਂ, ਸਭ ਨੇ ਰਲ ਮਿਲ ਕੇ ਕੰਮ ਕੀਤਾ, ਔਰ ਢਾਈ ਸਾਲ ਵਿੱਚ ਮੇਰੇ ਬੱਚੇ ਨੂੰ ਇਨਸਾਫ ਦਵਾਇਆ। ਮੈਮ, ਅਸੀਂ ਦੇਖਿਆ ਕਿ ਜਿਸ ਵੇਲੇ ਜੱਜ ਸਾਹਿਬ ਹਜੇ ਸਜ਼ਾ ਨਹੀਂ ਆ ਰਹੀ ਸੀ ਨਿਕਲ ਕੇ, ਉਸ ਵੇਲੇ ਤੁਸੀਂ ਅੱਖਾਂ ਵੀ ਤੁਹਾਡੀ ਨਮ ਸੀਗੀਆਂ, ਔਰ ਤੁਸੀਂ ਅਰਦਾਸ ਵੀ ਕਰ ਰਹੇ ਸੀਗੇ, ਉਸ ਵੇਲੇ ਮਨ 'ਚ ਕੀ ਚੱਲ ਰਿਹਾ ਸੀ, ਉਸ ਵੇਲੇ ਕੀ ਮਤਲਬ ਕੀ ਫੀਲਿੰਗਸ ਆ ਰਹੀਆਂ ਸੀ, ਕਿਉਂਕਿ ਤਿੰਨ ਤਰੀਕਾਂ ਲਗਾਤਾਰ ਪੈਂਦੀਆਂ ਗਈਆਂ, ਹਰ ਵਾਰ ਤੁਹਾਨੂੰ ਲੱਗਦਾ ਸੀ ਕਿ ਅੱਜ ਸਜ਼ਾ ਸੁਣਾਉਣਗੇ, ਅੱਜ ਸਜ਼ਾ ਸੁਣਾਉਣਗੇ, ਅੱਜ ਦਾ ਦਿਨ ਕਿਹੋ ਜਿਹਾ ਨਿਕਲਿਆ, ਕਿਵੇਂ ਨਿਕਲਿਆ? ਉਹ
ਪਰਮਾਤਮਾ ਤੋਂ ਵੱਡਾ ਕੋਈ ਨਹੀਂ ਅਤੇ ਉਹਦੇ ਉਹਨਾਂ ਸਾਹਮਣੇ ਆਪਾਂ ਅਰਦਾਸ ਕਰ ਸਕਦੇ। ਮੈਂ ਸਵੇਰ ਤੋਂ ਜਦੋਂ ਦੀ ਉੱਠੀ ਇਹੀ ਅਰਦਾਸ ਕਰਦੀ ਸੀ ਕਿ ਬਾਬਾ ਜੀ ਇੱਦਾਂ ਦਾ ਇਤਿਹਾਸਿਕ ਫੈਸਲਾ ਲਈਓ ਇਹ ਕਿਸੇ ਦੇ ਬੱਚੇ ਨੂੰ ਕੋਈ ਮਾਰਨ ਤੋਂ ਪਹਿਲਾਂ 100 ਵਾਰੀ ਸੋਚੇ। ਤਾਂ ਉਹਨਾਂ ਨੇ ਡੈਫੀਨੇਟਲੀ ਬਾਬਾ ਜੀ ਨੇ ਮੇਰੀ ਪ੍ਰਾਰਥਨਾ ਸੁਣੀ ਅਤੇ ਉਹਨੂੰ ਫਾਂਸੀ ਦੀ ਸਜ਼ਾ। ਇੱਕ ਬੇਟੀ ਦੀ ਤਸਵੀਰ ਅੱਜ ਵੀ ਤੁਸੀਂ ਫੜੀ ਬੈਠੇ ਹੋ, ਮਹਿਸੂਸ ਹੁੰਦਾ ਕਿ ਅੱਜ ਬੇਟੀ ਗੋਦ 'ਚ ਹੈਗੀ ਹੈ ਅੱਜ ਵੀ? ਮਨ ਵਿੱਚ ਇਹ ਹੁੰਦਾ ਸੀਗਾ ਕਿ ਇਹ ਡਿਸੀਜਨ ਆਊਗਾ, ਪਤਾ ਨਹੀਂ ਮੈਨੂੰ ਕੀ ਮਿਲ ਜੂਗਾ, ਪਰ ਅੱਜ ਇਹ ਹੁੰਦਾ ਵਾ ਕਿ ਬੇਸ਼ੱਕ ਡਿਸੀਜਨ ਆ ਗਿਆ ਪਰ ਉਹ ਘਰ ਖਾਲੀ ਆ ਉਹਦੇ ਤੋਂ ਬਿਨਾਂ ਹਜੇ ਵੀ। ਅਤੇ ਬਾਬਾ ਜੀ ਅੱਗੇ ਅਰਦਾਸ ਆ ਕਿ ਇੱਥੇ ਇਨਸਾਫ ਮਿਲਿਆ ਤਾਂ ਬੇਟੀ ਵੀ ਜ਼ਰੂਰ ਵਾਪਸ ਦੇਣਗੇ, ਬੇਟੀ ਵਾਪਸ ਆਊਗੀ। ਅਰਦਾਸ ਕਰ ਸਕਦੇ ਆਪਾਂ ਔਰ ਅਰਦਾਸ, ਮਾਂ ਹਮੇਸ਼ਾ ਅਰਦਾਸ ਕਰੂਗੀ ਕਿ ਮੇਰਾ ਬੱਚਾ ਮੇਰੇ ਕੋਲ ਵਾਪਸ ਆਵੇ। ਬਿਲਕੁਲ, ਇਸ ਮਾਂ ਦੇ ਆਂਸੂ ਉਸ ਪਰਮ ਪਿਤਾ ਦੇ ਅੱਗੇ ਅਰਦਾਸ ਲਗਾ ਰਹੇ ਨੇ ਕਿ ਉਹ ਬੇਟੀ ਫਿਰ ਵਾਪਸ ਮੁੜ ਇਸ ਘਰ ਦੇ ਵਿੱਚ ਆਵੇ ਔਰ ਉਸਨੂੰ ਪਿਆਰ ਕਰੇ। ਲੋਕ ਹੋਰ ਵੀ ਹੈਗੇ ਨੇ ਸਰ, ਅਰਦਾਸ ਕਰ ਰਹੇ ਹੋ, ਵਾਰ ਵਾਰ ਕੀਤੀ ਔਰ ਅਰਦਾਸ ਸਿਰੇ ਚੜ੍ਹੀ। ਬਿਲਕੁਲ ਜੀ, ਉਹ ਸੰਗਤ ਦੀ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ ਜੀ। ਮੈਂ ਅੱਜ ਸਵੇਰੇ ਫਿਰ ਸੰਗਤ ਨੂੰ ਅਰਦਾਸ ਬੇਨਤੀ ਕੀਤੀ ਸੀ ਕਿ ਸੰਗਤ ਜੀ ਅਰਦਾਸ ਕਰੋ, ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਸੰਗਤ ਦੀ ਅਰਦਾਸ ਹੋਈ ਹੈ ਅਤੇ ਬੂਰ ਪਿਆ ਸੰਗਤ ਦੀ ਅਰਦਾਸ 'ਤੇ। ਔਰ ਮੈਂ ਤੁਹਾਡੇ ਫਿਰ ਮੀਡੀਆ ਰਾਹੀਂ ਚੈਨਲ ਰਾਹੀਂ ਭਰਾਵਾਂ ਨੂੰ ਫਿਰ ਮੈਂ ਕਹਿ ਰਿਹਾ, ਸੰਗਤ ਜੀ ਹੁਣ ਫਿਰ ਇੱਕ ਅਰਦਾਸ ਕਰਿਓ, ਇੱਕ ਸਾਡੇ ਪਰਿਵਾਰ ਲਈ ਸਾਡੀ ਦਿਲੋਂ ਫਿਰ ਦੁਬਾਰਾ ਵਾਪਸ ਆ ਜਾਏ ਜੀ। ਤੁਹਾਡੀ ਅਰਦਾਸ ਸੰਗਤ ਦੀ ਕਦੇ ਬਿਰਥੀ ਨਹੀਂ ਹੁੰਦੀ ਜੀ। ਬਿਲਕੁਲ, ਅਰਦਾਸ ਕੀਤੀ ਜਾ ਰਹੀ ਹੈ ਕਿ ਦਿਲਰੋਜ਼ ਜਿਹੜੀ ਅੱਜ ਉਹਨਾਂ ਦੀ ਗੋਦ 'ਚ ਨਹੀਂ ਹੈਗੀ ਹੈ, ਬੇਸ਼ੱਕ ਦਿਲਰੋਜ਼ ਦੇ ਕਤਲ ਨੂੰ ਲੈ ਕੇ ਮਾਂ ਬਾਪ ਨੂੰ ਇਨਸਾਫ ਮਿਲ ਚੁੱਕਾ ਹੈ, ਪਰ ਕਿਤੇ ਨਾ ਕਿਤੇ ਇੱਕ ਆਂਸੂ, ਇੱਕ ਉਸ ਮਾਸੂਮ ਦੀ ਆਵਾਜ਼, ਉਸ ਮਾਸੂਮ ਦੀ ਹਰਕਤਾਂ ਅੱਜ ਵੀ ਮਾਂ ਬਾਪ ਯਾਦ ਕਰਦੇ ਨੇ। ਦਿਲਰੋਜ਼ ਦੇ ਦਾਦਾ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਸਰ ਪੋਤੀ ਗਵਾਈ ਹੈ, ਸਰ ਪੋਤੀ ਗਵਾਈ ਹੈ, ਅੱਜ ਇਨਸਾਫ ਮਿਲਿਆ ਪੋਤੀ ਨੂੰ? ਹਾਂਜੀ, ਪੂਰਾ ਇਨਸਾਫ ਮਿਲਿਆ ਜੀ, ਤੁਹਾਡੀ ਸਾਰਿਆਂ ਦੀ ਬਦੌਲਤ ਰਹੀ। ਪਰਮਾਤਮਾ ਦਾ ਸ਼ੁਕਰਾਨਾ ਕਰਦਾ, ਜੱਜ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਜੀ, ਜਿਨ੍ਹਾਂ ਨੇ ਇੰਨਾ ਇਤਿਹਾਸਿਕ ਫੈਸਲਾ ਸੁਣਾਇਆ ਜੀ। ਉਮੀਦ ਸੀ ਕਿ ਫਾਂਸੀ ਸਜ਼ਾ ਮਿਲੂਗੀ, ਕਿਉਂਕਿ ਜਿਸ ਤਰੀਕੇ ਨਾਲ ਗੱਲਾਂ ਕੀਤੀਆਂ ਜਾ ਰਹੀ ਸੀ, ਕਹਿੰਦੇ ਸੀ ਕਿ ਸ਼ਾਇਦ ਉਸਨੂੰ ਉਮਰ ਕੈਦ ਹੋ ਸਕਦੀ ਹੈ। ਲੱਗਦਾ ਕਿ ਜੱਜ ਸਾਹਿਬ ਨੇ ਵੀ ਕੋਈ ਰਹਿਮ ਨਹੀਂ ਦਿਖਾਈ? ਨਾ ਜੀ ਨਾ, ਜੱਜ ਸਾਹਿਬ ਨੇ ਬਿਲਕੁਲ ਕੋਈ ਵੀ ਜੋ ਦੁੱਧ ਨਾਲ ਦੁੱਧ, ਪਾਣੀ ਦਾ ਪਾਣੀ ਜੱਜ ਸਾਹਿਬ ਨੇ ਕਰਤਾ। ਇਹ ਜੱਜ ਸਾਹਿਬ ਨਾ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ, ਇਹ ਜੱਜ ਸਾਹਿਬ ਦੇ ਐਡੀ ਉੱਚੀ ਪਦਵੀ ਚਾਹੀਦੀ ਆ, ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਇਹ। ਮੈਂ ਤਾਂ ਪਰਮਾਤਮਾ ਅੱਗੇ ਇਹੀ ਅਰਦਾਸਾ ਕਰੂੰਗਾ, ਕਿਉਂਕਿ ਕੋਈ ਇਹਨਾਂ ਨੇ ਲੋਕਲ ਪੇਟ ਨਹੀਂ ਰੱਖਿਆ, ਜੋ ਸਹੀ ਸੀਗਾ ਫੈਸਲਾ ਉਹ ਫੈਸਲਾ ਸੁਣਾਇਆ ਇਹਨਾਂ ਨੇ। ਅੱਜ ਅਸੀਂ ਦੇਖ ਪਾ ਰਹੇ ਕਿ ਤੁਹਾਡੇ ਚਿਹਰੇ 'ਤੇ ਇੱਕ ਦੁੱਖ ਵੀ ਹੈ ਅਤੇ ਇੱਕ ਖੁਸ਼ੀ ਵੀ ਹੈ। ਦੁੱਖ ਕਿਤੇ ਨਾ ਕਿਤੇ ਪੋਤੀ ਜਾਣਦਾ ਅਤੇ ਖੁਸ਼ੀ ਉਸਨੂੰ ਇਨਸਾਫ ਮਿਲਣ ਦੀ। ਦੁੱਖ ਤਾਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਜਿੰਨੀ ਦੇਰ ਮੈਂ ਜਿਊਂਗਾ ਜੀ। ਅੱਜ ਇਨਸਾਫ ਮੈਨੂੰ ਬਾਅਦ 'ਚ ਧਿਆਨ ਆਉਂਦਾ, ਮੈਨੂੰ ਦਿਲੋਜ ਪਹਿਲਾਂ ਯਾਦ ਆ ਰਹੀ ਹੈ। ਜੇ ਦਿਲੋਜ ਗਈ ਆ ਤਾਂ ਮੈਂ ਕਚਹਿਰੀਆਂ ਧੱਕੇ ਖਾਂਦੇ ਆ, ਤਾਂ ਉਹ ਇਨਸਾਫ ਦਵਾਇਆ। ਜੇ ਤੁਹਾਡੇ ਸਾਰੇ ਬਦੌਲਤ ਤੁਸੀਂ ਮੇਰੇ ਨਾਲ ਖੜ੍ਹੇ ਆ ਤਾਂ ਇਹ ਇਨਸਾਫ ਮਿਲਿਆ। ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਜੀ, ਤੁਸੀਂ ਸਾਰੇ ਫਾਂਸੀ ਦੀ ਸਜ਼ਾ ਮੰਗਦੇ ਸੀ, ਮੈਂ ਤਾਂ ਇਹ ਕਹਿੰਦਾ ਕੋਈ ਫਾਂਸੀ ਦੇ ਉੱਪਰ ਸਜ਼ਾ ਹੈਗੀ ਆ, ਜੱਜ ਸਾਹਿਬ ਨੇ ਉਹ ਕਰਕੇ ਦਿਖਾ ਦਾ ਚੱਜ। ਦਿਲਰੋਜ਼ ਦੀਆਂ ਗੱਲਾਂ ਯਾਦ ਆਉਂਦੀਆਂ ਨੇ, ਦਿਲਰੋਜ਼ ਨੂੰ ਤੁਸੀਂ ਜਦੋਂ ਘੁਮਾਉਂਦੇ ਸੀ, ਉਹਦੇ ਨਾਲ ਖੇਡਦੇ ਸੀ ਜਾਂ ਖਿਡਾਉਂਦੇ ਸੀ, ਉਹ ਤਾਂ ਕਦੇ ਭੁੱਲ ਹੀ ਨਹੀਂ ਸਕਦੀ ਸਾਰੀ ਜ਼ਿੰਦਗੀ 'ਚ ਕੋਈ ਐਸਾ ਗੱਲ। ਮੈਂ ਕੋਈ ਦਿਨ ਐਤਵਾਰ ਇਹੋ ਜਿਹਾ ਨਹੀਂ ਸੀ ਹੁੰਦਾ ਜਿੱਦਣ ਮੈਂ ਦਿਲਰੋਜ਼ ਦੇ ਨਾਲ ਨਹੀਂ ਸੀ ਜਾਂਦਾ। ਹਰਪ੍ਰੀਤ ਅਤੇ ਦਿਲਰੋਜ਼ ਨੂੰ ਮੈਂ ਹਰ ਐਤਵਾਰ ਮੈਂ ਨਾਲ ਲੈ ਕੇ ਜਾਂਦਾ ਹੁੰਦਾ ਸੀ ਜੀ, ਔਰ ਹੁਣ ਵੀ ਜਦੋਂ ਐਤਵਾਰ ਆਉਂਦਾ
ਮੈਨੂੰ ਪਤਾ ਮੇਰੇ ਮਨ 'ਤੇ ਕੀ ਬੀਤਰੀ ਹੈ, ਯਾਦ ਆਉਂਦੀ ਹੈ ਬਹੁਤ ਜ਼ਿਆਦਾ। ਦਿਲਰੋਜ਼ ਦਾ ਪਰਿਵਾਰ ਹੈ, ਖੁਸ਼ੀ ਦੇ ਆਂਸੂ ਹੈ ਕਿਉਂਕਿ ਦਿਲਰੋਜ਼ ਨੂੰ ਇਨਸਾਫ ਮਿਲਿਆ ਵਾ, ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਚੀਜ਼ ਵੀ ਹੈਗੀ ਹੈ ਕਿ ਦਿਲਰੋਜ਼ ਅੱਜ ਉਹਨਾਂ ਦੀ ਗੋਦ 'ਚ ਨਹੀਂ ਹੈ। ਗੁਰਦਾਂਤ ਰੋਹਿਤ ਗੋਦ ਨਿਊਜ਼ 18।